ਵੈਸੇ ਤਾਂ ਸੋਸ਼ਲ ਮੀਡੀਆ ਦੇ ਉੱਪਰ ਹਰ ਰੋਜ਼ ਹੀ ਕੋਈ ਨਾ ਕੋਈ ਖਬਰ ਅਤੇ ਵੀਡੀਓ ਜਿਹੜੀ ਅਗਤੀ ਤਰ੍ਹਾਂ ਵਾਇਰਲ ਹੁੰਦੀ ਨਜ਼ਰ ਆਉਂਦੀ ਰਹਿੰਦੀ ਆ ਪਰ ਹੁਣ ਇੱਕ ਤਾਜ਼ੀ ਖਬਰ ਜਿਹੜੀ ਹੈ ਸਾਹਮਣੀ ਆਈ ਹੈ ਨਾਮੀ ਯੂਟਿਊਬਰ ਦੇ ਉੱਪਰ ਵੱਡੇ ਇਲਜ਼ਾਮ ਲੱਗੇ ਹਨ ਇਲਜ਼ਾਮਾਂ ਦੇ ਤਹਿਤ ਪਤਨੀ ਉੱਤੇ ਕੁੱਟਮਾਰ ਕਰਨ ਦੇ ਇਲਜ਼ਾਮ ਜਿਹੜੇ ਨੇ ਨਾਮੀ ਯੂਟਿਊਬਰ ਦੇ ਉੱਪਰ ਲੱਗੇ ਦਾਜੇ ਕਿ ਨਾਮੀ ਯੂਟਿਊਬਰ ਅਤੇ ਮੋਟੀਵੇਸ਼ਨਲ ਸਪੀਕਰ ਵਿਵੇਕ ਬੇਂਦਰਾ ਤੇ ਪਤਨੀ ਦੇ ਨਾਲ ਕੁੱਟਮਾਰ ਕਰਨ ਦੇ ਇਲਜ਼ਾਮ ਲੱਗੇ ਨੇ ਵਿਵੇਕ ਬੇਂਦਰਾ ਖਿਲਾਫ ਨੌਇਡਾ ਦੇ ਸੈਕਟਰ 126 ਥਾਣੇ ਦੇ ਵਿੱਚ ਮਾਮਲਾ ਦਰਜ ਕੀਤਾ ਗਿਆ ਦਾਜੇ ਤੁਹਾਨੂੰ ਕਿ ਵਿਵੇਕ ਬੇਂਦਰਾ ਦੀ ਇੱਕ ਔਰਤ ਦੇ ਨਾਲ ਕੁੱਟਮਾਰ ਦੀ ਵੀਡੀਓ ਵਾਇਰਲ ਹੋਈ ਸੀ ਜਿਸ ਤੋਂ ਬਾਅਦ ਜਾਣਕਾਰੀ ਸਾਹਮਣੇ ਆਈ ਕਿ ਉਹ ਔਰਤ ਕੋਈ ਹੋਰ ਨਹੀਂ ਬਲਕਿ ਉਸਦੀ ਪਤਨੀ ਹੈ ਜਿਸ ਉੱਪਰ ਇਸ ਯੂਟਿਊਬਰ ਦੇ ਵੱਲੋਂ ਖੁਦ ਹੀ ਤਸ਼ੱਦਦ ਟਾਇਕਿਆ ਦੱਸਿਆ ਕਿ ਜਿਸ ਨੇ ਉਸਤੇ ਕੁੱਟਮਾਰ ਦੇ ਇਲਜ਼ਾਮ ਲਗਾਏ ਹਨ ਵਿਵੇਕ ਬਿੰਦਰਾ ਦੇ ਸਾਲੇ ਦੇ ਵੱਲੋਂ ਇਸ ਕਟਣਾਂ ਦੀ ਸ਼ਿਕਾਇਤ ਦਿੱਤੀ ਗਈ ਹੈ ਯਾਨੀ ਕਿ ਉਸਦੀ ਪਤਨੀ ਦੇ ਅਪਰਾਧ ਦੇ ਵੱਲੋਂ ਹੀ ਇਹ ਵੱਡੇ ਇਲਜ਼ਾਮ ਲਗਾਏ ਗਏ ਨੇ ਦੱਸਿਆ ਜਾ ਰਿਹਾ ਕਿ ਵਿਵੇਕ ਬਿੰਦਰਾ ਦੇ ਵੱਲੋਂ ਆਪਣੀ ਪਤਨੀ ਦੇ ਨਾਲ ਮਾਰਕੁੱਟ ਕੀਤੀ ਗਈ ਸੀ ਜਿਸ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ ਤੋਂ ਬਾਅਦ ਸਰੀਰ ਦੇ ਉੱਪਰ ਕਈ ਤਰ੍ਹਾਂ ਦੇ ਜ਼ਖਮ ਵੀ ਦਿਖਾਈ ਦਿੱਤੇ ਹੈ ਤੇ ਮਾਮਲਾ ਜਿਹੜਾ ਪੂਰਾ ਦਰਜ ਹੋ ਚੁੱਕਿਆ ਤੇ ਵਿਵੇਕ ਬਿੰਦਰਾ ਦੇ ਸਾਲੇ ਦੇ ਵੱਲੋਂ ਕੀ ਇਸ ਘਟਨਾ ਦੀ ਸ਼ਿਕਾਇਤ ਜਿਹੜੀ ਹੈ ਦਰਜ ਕਰਵਾਈ ਗਈ ਸੀ ਦੱਸ ਦਈਏ ਕਿ 7 ਦਸੰਬਰ ਨੂੰ ਹੋਈ ਕੁੱਟਮਾਰ ਦੀ ਜਾਣਕਾਰੀ ਜਿਹੜੀ ਹੈ ਇਸ ਘਟਨਾ ਦੇ ਸਬੰਧ ਦੇ ਵਿੱਚ ਦਿੱਤੀ ਗਈ ਹੈ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸੈਕਟਰ 126 ਦੇ ਵਿੱਚ ਸ਼ਿਕਾਇਤ ਵੀ ਦਰਜ ਕਰਵਾਈ ਗਈ ਸੀ ਜਿਸ ਤੋਂ ਬਾਅਦ 14 ਦਸੰਬਰ ਨੂੰ ਐਫ ਆਈ ਆਰ ਦਰਜ ਕਰਵਾਈ ਗਈ ਸੀ ਤੁਹਾਨੂੰ ਦੱਸ ਦਈਏ ਕਿ ਵਿਵੇਕ ਬਿੰਦਰਾ ਦਾ ਇਸੇ ਮਹੀਨੇ 6 ਦਸੰਬਰ ਨੂੰ ਵਿਆਹ ਹੋਇਆ ਸੀ ਤੇ ਵਿਆਹ ਹੋਇਆ ਨੂੰ ਅਜੇ ਕੁਝ ਹੀ ਦਿਨ ਹੋਏ ਐ ਜਿਸ ਤੋਂ ਬਾਅਦ ਉਸ ਉੱਪਰ ਮਾਮਲਾ ਦਰਜ ਹੋ ਜਾਂਦਾ ਪਤਨੀ ਦੇ ਨਾਲ ਕੁੱਟਮਾਰ ਕਰਨ ਦੇ ਇਲਜ਼ਾਮ ਜਿਹੜੇ ਨੇ ਉਸਦੇ ਹੀ ਸਾਲੇ ਦੇ ਵੱਲੋਂ ਲਗਾਏ ਗਏ ਤੇ ਮਸ਼ਹੂਰ ਯੂਟਿਊਬਰ ਜਿਹੜਾ ਹੁਣ ਸੁਰਖੀਆਂ ਦੇ ਵਿੱਚ ਨਜ਼ਰ ਆ ਰਿਹਾ ਕਿਉਂਕਿ ਨਾਮੀ ਯੂਟਿਊਬਰ ਅਤੇ ਮੋਟੀਵੇਸ਼ਨਲ ਸਪੀਕਰ ਵਿਵੇਕ ਬਿੰਦਰਾ ਦੇ ਉੱਪਰ ਵੱਡੇ ਇਲਜ਼ਾਮ ਲੱਗੇ ਨੇ ਪਤਨੀ ਦੇ ਨਾਲ ਕੁੱਟਮਾਰ ਕਰਨ ਦੇ ਇਲਜ਼ਾਮ ਲੱਗੇ ਵਿਵੇਕ ਬਿੰਦਰਾ ਦੇ ਖਿਲਾਫ ਨੋਇਡਾ ਦੇ ਸੈਕਟਰ 126 ਥਾਣੇ ਦੇ ਵਿੱਚ ਮਾਮਲਾ ਦਰਜ ਕੀਤਾ ਗਿਆ ਤੁਹਾਨੂੰ ਦੱਸ ਦਈਏ ਕਿ ਵਿਵੇਕ ਬਿੰਦਰਾ ਔਰਤ ਦੇ ਨਾਲ ਕੁੱਟਮਾਰ ਦਾ ਵੀਡੀਓ ਵਾਇਰਲ ਹੋਇਆ ਸੀ ਜਿਸ ਤੋਂ ਬਾਅਦ ਇਹ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਕਿ ਉਹ ਪਤਨੀ ਕੋਈ ਹੋਰ ਨਹੀਂ ਯਾ ਔਰਤ ਕੋਈ ਹੋਰ ਨਹੀਂ ਬਲਕਿ ਵਿਵੇਕ ਬਿੰਦਰਾ ਦੀ ਬਿੰਦਰਾ ਦੀ ਹੀ ਜਿਹੜੀ ਪਤਨੀ ਹੈ ਦੱਸੀ ਜਾ ਰਹੀ ਹੈ ਦੱਸਿਆ ਕਿ ਇਸ ਪੂਰੇ ਮਾਮਲੇ ਦੇ ਵਿੱਚ ਜੋ ਸ਼ਿਕਾਇਤ ਹੈ ਉਹ ਵਿਵੇਕ ਬਿੰਦਰਾ ਦੇ ਸਾਲੇ ਯਾਨੀ ਕਿ ਉਸ ਦੀ ਪਤਨੀ ਦੇ ਭਰਾ ਦੇ ਵੱਲੋਂ ਹੀ ਥਾਣੇ ਦੇ ਵਿੱਚ ਕੀਤੀ ਗਈ ਸੀ ਜਿਸ ਦੇ ਵਿੱਚ 7 ਦਸੰਬਰ ਨੂੰ ਹੋਈ ਕੁੱਟਮਾਰ ਦੀ ਜਾਣਕਾਰੀ ਦਿੱਤੀ ਗਈ ਹੈ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸੈਕਟਰ 126 ਦੇ ਵਿੱਚ ਸ਼ਿਕਾਇਤ ਵੀ ਦਰਜ ਕਰਵਾਈ ਗਈ ਸੀ ਜਿਸ ਤੋਂ ਬਾਅਦ 14 ਦਸੰਬਰ ਨੂੰ ਫਆਇਰ ਵੀ ਦਰਜ ਹੋਈ ਹੈ ਤੁਹਾਨੂੰ ਦੱਸ ਦਈਏ ਕਿ ऐसे ही महिने यानी कि 6 दिसंबर नु ही अजय ਵਿਆਹ ਹੋਇਆ ਸੀ ਤੇ 7 दिसंबर नु ਕੁੱਟਮਾਰ ਦਾ ਮਾਮਲਾ ਸਾਹਮਣੇ ਆਂਦਾ ਜਿਸ ਤੋਂ ਬਾਅਦ 14 दिसंबर नु ਐਫ ਆਰ ਵੀ ਦਰਜ ਹੋ ਜਾਂਦੀ ਹੈ ਖੈਰ ਇਹ ਸਭ ਤੋਂ ਬਾਅਦ ਮਸ਼ਹੂਰ ਯੂਟਿਊਬਰ ਅਤੇ ਮੋਟੀਵੇਸ਼ਨਲ ਸਪੀਕਰ ਵਿਵੇਕ ਬਿੰਦਰਾ ਕਾਫੀ ਜ਼ਿਆਦਾ ਸੁਰਖੀਆਂ ਫੜੋ ਰਹੇ ਹੈ ਕਿਉਂਕਿ ਇਸ ਵੇਲੇ ਕਾਫੀ ਵੱਡੇ ਗੰਭੀਰ ਇਲਜ਼ਾਮ ਲੱਗੇ ਨੇ ਮੌਕੇ ਦੇ ਉਤੇ ਮਾਮਲਾ ਵੀ ਦਰਜ ਹੋਇਆ ਪਰ ਸਵਾਲੇ ਖੜੇ ਹੋ ਰਿਹਾ ਕਿ ਵਿਆਹ ਤੋਂ ਕੁਝ ਦਿਨ ਬਾਅਦ ਅਜਿਹਾ ਕੀ ਹੋ ਗਿਆ ਜਿਸ ਕਰਕੇ ਵਿਵੇਕ ਬਿੰਦਰਾ ਦੇ ਵੱਲੋਂ ਆਪਣੀ ਹੀ ਪਤਨੀ ਦੇ ਉਤੇ ਅਤਿਆਚਾਰ ਕਰਨਾ ਸ਼ੁਰੂ ਕਰ ਦਿੱਤਾ ਗਿਆ ਖੈਰ ਤੁਹਾਡੇ ਕੀ ਵਿਚਾਰ ਨੇ ਇਸ ਪੂਰੇ ਮਾਮਲੇ ਦੇ ਸਬੰਧ ਵਿੱਚ ਕਮੈਂਟਾਂ ਦੇ ਵਿੱਚ ਦਿਓ ਆਪਣੇ ਆਪਣੇ ਵਿਚਾਰ